are watching Channel Y. Channel Y, a South Asian Canadian channel. ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਪੰਜਾਬ ਡੈਮੋਕ੍ਰੇਟਿਕ ਅਲਾਈਅੰਸ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ। ਇਸ ਗੱਲ ਦਾ ਖੁਲਾਸਾ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਛੋਟੇਪੁਰ ਨੂੰ ਮਿਲਣ ਤੋਂ ਬਾਅਦ ਕੀਤਾ। ਛੋਟੇਪੁਰ ਅਤੇ ਖਹਿਰਾ ਦੀ ਕਰੀਬ ਇੱਕ ਘੰਟਾ ਬੰਦ ਕਮਰੇ ਵਿੱਚ ਮੀਟਿੰਗ ਹੋਈ। ਇਸ ਦੌਰਾਨ ਕਈ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ ਗਈ। ਮੀਟਿੰਗ ਤੋਂ ਬਾਅਦ ਖਹਿਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਅਲਾਇੰਸ ਵਿੱਚ ਸ਼ਾਮਿਲ ਹੋਣ ਲਈ ਛੋਟੇਪੁਰ ਨੂੰ ਰਾਜ਼ੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਉਹ ਅਲਾਇੰਸ ਨਾਲ ਆ ਜਾਂਦੇ ਨੇ ਤਾਂ ਉਹਨਾਂ ਨੂੰ ਗੁਰਦਾਸਪੁਰ ਲੋਕ ਸਭਾ ਦੀ ਸੀਟ ਤੋਂ ਚੋਣ ਲੜਨ ਲਈ ਟਿਕਟ ਦੇ ਦਿੱਤੀ ਜਾਵੇਗੀ। ਇਸ ਬਾਰੇ ਛੋਟੇਪੁਰ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਸੁਖਪਾਲ ਖਹਿਰਾ ਉਹਨਾਂ ਨਾਲ ਰਸਮੀ ਗੱਲਬਾਤ ਕਰਨ ਲਈ ਆਏ ਸਨ ਅਤੇ ਉਹ ਆਪਣੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ 2-3 ਦਿਨਾਂ ਵਿੱਚ ਮੀਟਿੰਗ ਕਰਕੇ ਇਸ ਬਾਰੇ ਕੁਝ ਫੈਸਲਾ ਲੈਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸੁੱਚਾ ਸਿੰਘ ਛੋਟੇਪੁਰ ਖਹਿਰਾ ਦੇ ਅਲਾਇੰਸ ਵਿੱਚ ਆਉਂਦੇ ਹਨ ਜਾਂ ਨਹੀਂ। ਅਸੀਂ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਹਰ ਉਸ ਵਿਅਕਤੀ ਕੋਲ ਪਹੁੰਚ ਕਰ ਰਹੇ ਹਾਂ ਜਿਹੜਾ ਕਾਂਗਰਸ ਤੇ ਕਰਪਟ ਅਕਾਲੀ ਦਲ ਨੂੰ ਹਰਾਉਣ ਦੀ ਵਿੱਚ ਯੋਗਦਾਨ ਪਾ ਸਕਦਾ। ਉਸ ਲੜੀ ਦੇ ਵਿੱਚ ਸਰਦਾਰ ਸੁੱਚਾ ਸਿੰਘ ਛੋਟੇਪੁਰ ਉਹਨਾਂ ਦੇ ਕੋਲ ਅਸੀਂ ਪਹੁੰਚੇ ਹਾਂ। ਕਾਫੀ ਪੋਜ਼ਿਟਿਵ ਅੱਛੀਆਂ ਗੱਲਾਂ ਹੋਈਆਂ ਨੇ। ਛੋਟੇਪੁਰ ਸਾਹਿਬ ਨੇ ਕਿਹਾ ਵਾ ਕਿ ਉਹਨਾਂ ਨੇ ਆਪਣੀ ਪਾਰਟੀ ਦੀ ਮੀਟਿੰਗ ਬੁਲਾਉਣਗੇ ਇਨ ਦਾ ਨੈਕਸਟ 2-3 ਡੇਜ਼, ਔਰ ਉਹ ਪਾਰਟੀ ਦੀ ਮੀਟਿੰਗ ਸੱਦ ਕੇ ਸਾਡੇ ਪ੍ਰਤੀ ਸਾਡੇ ਨਾਲ ਕੋਈ ਅੱਛਾ ਫੈਸਲਾ ਲੈਣ ਦੀ ਕੋਸ਼ਿਸ਼ ਕਰਨਗੇ ਜਾਂ ਅੱਛਾ ਫੈਸਲਾ ਲੈਣਗੇ। ਤੋ ਅਸੀਂ 2-3 ਦਿਨ ਇਹਨਾਂ ਦਾ 2-3 ਦਿਨ ਵੇਟ ਕਰਾਂਗੇ। ਇਨ ਦਾ ਮੀਨ ਟਾਈਮ ਸਾਡੀ ਪੰਜਾਬ ਡੈਮੋਕਰੇਟਿਕ ਅਲਾਇੰਸ ਦੀ ਮੀਟਿੰਗ ਹੈ। ਜੇ ਆਪਾਂ ਕਿਸੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਤੇ ਫਿਰ ਇਹਦੇ ਨਾਲੋਂ ਹੋਰ ਬੜੇ ਅੱਛੇ ਤਰੀਕੇ ਹੈਗੇ ਨੇ। ਸਿੰਪਲੀ ਆਪਾਂ ਕੰਸੈਂਸਸ ਦੇ ਨਾਲ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ ਵੱਲ ਨੂੰ ਵੱਧ ਲਾਂਗੇ। ਪਰ ਕਿਉਂਕਿ ਉਹਨਾਂ ਨੇ ਆਪਣੀ ਇੱਕ ਰਾਏ ਰੱਖੀ ਆ, ਅਸੀਂ ਆਪਣੇ ਗੱਠਜੋੜ ਦੇ ਵਿੱਚ ਇਹ ਸਾਰੀਆਂ ਗੱਲਾਂ ਉੱਥੇ ਰੱਖ ਲਾਂਗੇ। ਪਰ ਮੈਨੂੰ ਲੱਗਦਾ ਵਾ ਕਿ ਪਾਰਲੀਮੈਂਟ ਤੋਂ ਪਹਿਲਾਂ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇੱਕ ਝੰਡੇ ਥੱਲੇ ਆ ਸਕੀਏ, ਕਿਉਂਕਿ ਇਹਦੇ 'ਚ ਆਫਟਰ ਆਲ 4-5 ਪਾਰਟੀਆਂ ਇਨਵੋਲਵ ਨੇ। ਪਰ ਜੇ ਅਸੀਂ ਗੱਠਜੋੜ ਵਿੱਚ ਇੱਕ ਝੰਡੇ ਥੱਲੇ ਦੇ ਲੜਦੇ ਹਾਂ, ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਥੱਲੇ ਲੜਦੇ ਹਾਂ, ਤਾਂ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਲੋਕ ਸਾਡੀ ਸੁਹਿਰਦਤਾ ਨੂੰ, ਸਾਡੀ ਸੰਜੀਦਗੀ ਨੂੰ ਸਮਝਣਗੇ। ਔਰ ਸਾਡੇ ਨਾਲ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਵੀ ਹੈ, ਤਾਂ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ। ਔਰ ਇਸ ਗੱਲ ਦਾ ਵੀ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਇਹਨਾਂ ਤੇ ਮਨ ਘੜਤ, ਬੇਬੁਨਿਆਦ, ਘਟੀਆ ਇਲਜ਼ਾਮ ਲਾਏ ਸੀਗੇ, ਉਹਦਾ ਜਿਹੜਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ। ਇਸ ਬਾਰੇ ਛੋਟੇਪੁਰ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਸੁਖਪਾਲ ਖਹਿਰਾ ਉਹਨਾਂ ਨਾਲ ਰਸਮੀ ਗੱਲਬਾਤ ਕਰਨ ਲਈ ਆਏ ਸਨ ਅਤੇ ਉਹ ਆਪਣੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ 2-3 ਦਿਨਾਂ ਵਿੱਚ ਮੀਟਿੰਗ ਕਰਕੇ ਇਸ ਬਾਰੇ ਕੁਝ ਫੈਸਲਾ ਲੈਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸੁੱਚਾ ਸਿੰਘ ਛੋਟੇਪੁਰ ਖਹਿਰਾ ਦੇ ਅਲਾਇੰਸ ਵਿੱਚ ਆਉਂਦੇ ਹਨ ਜਾਂ ਨਹੀਂ। ਅੱਜ ਸੁਖਪਾਲ ਸਿੰਘ ਖਹਿਰਾ ਜੀ ਆਏ ਸੀ, ਕਿਉਂਕਿ ਸਾਡਾ ਟਾਈਮ ਪਹਿਲਾਂ ਮਿਲਣ ਦਾ ਫਿਕਸ ਸੀਗਾ। ਇਹਨਾਂ ਕਿਹਾ ਸੀ ਵੀ ਅਸੀਂ ਮਿਲਣਾ ਚਾਹੁੰਦੇ ਹਾਂ। ਮੈਂ ਕਿਹਾ ਵੈਲਕਮ, ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ। ਤੋ ਆਏ, ਉਹਨਾਂ ਨੇ ਸਾਰੀ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਪਾਰਟੀ ਬਣਾਈ ਸਾਰਾ ਜ਼ਿਕਰ ਕੀਤਾ, ਔਰ ਜੋ ਪੰਜਾਬ ਦੇ ਵਿੱਚ ਨਵੀਂ ਇਲੈਕਸ਼ਨ ਆ ਰਹੀ ਹੈ ਉਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ, ਔਰ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਕੀਤੀਆਂ ਵੀ ਠੀਕ ਆ, ਆਇਓ ਤੁਸੀਂ ਵੈਲਕਮ, ਪਰ ਕੋਈ ਵੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਫਾਈਨਲ ਕਰਾਂਗਾ ਉਹ ਮੈਂ ਆਪਣੀ ਪਾਰਟੀ ਨਾਲ ਸਲਾਹ ਕਰਕੇ ਕਰਾਂਗਾ। ਉਹ ਮੈਂ ਆਪਣੀ ਪਾਰਟੀ ਦੀ ਮੀਟਿੰਗ ਜਲਦੀ ਸੱਦਾਂਗਾ, ਉਹਨਾਂ ਦੇ ਸਾਰਿਆਂ ਦੇ ਸਾਹਮਣੇ ਵਿਚਾਰ ਰੱਖਾਂਗੇ ਵੀ ਇਸ ਤਰ੍ਹਾਂ ਆਏ ਸੀਗੇ ਖਹਿਰਾ ਸਾਹਿਬ, ਆਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਨੇ। ਦੇਖੋ ਸਾਰੇ ਆਪਾਂ ਇਕੱਠੇ ਸੀਗੇ, ਆਪਣੀ ਕੋਈ ਆਪੋ 'ਚ ਕੋਈ ਲੜਾਈ ਤਾਂ ਹੈ ਨਹੀਂ ਸੀ, ਆਪਾਂ ਤਾਂ ਸਾਰੇ ਇਕੱਠੇ ਸੀ। ਉਹ ਵੀ ਉਹਨਾਂ ਦਾ ਸ਼ਿਕਾਰ ਹੋਇਆ, ਉਹਨਾਂ ਦੇ ਜਬਰ ਜ਼ੁਲਮ ਦਾ ਤਾਂ ਅਸੀਂ ਵੀ ਸ਼ਿਕਾਰ ਹੋਏ। ਦੇਖੋ ਮੇਰੇ ਦਰਵਾਜ਼ੇ ਖੁੱਲ੍ਹੇ ਵੀ ਕਿਸੇ ਵਾਸਤੇ ਨਹੀਂ ਗਏ ਅਤੇ ਬੰਦ ਵੀ ਕਿਸੇ ਵਾਸਤੇ ਨਹੀਂ ਗਏ। ਮੇਰੇ ਨਾਲ ਨਾ ਕੋਈ ਆਫਰ ਆਈ ਹੈ, ਨਾ ਮੈਂ ਮੰਨਣ ਵਾਲੀ ਕੋਈ ਗੱਲ ਹੀ ਹੈ, ਨਾ ਮੈਂ ਮੰਨਾਂਗਾ ਯਾਰ। You are watching Channel Y, a South Asian Canadian channel.